ਸਵਾਗਤ ਹੈ ਤੁਹਾਡਾ ਸਾਰਿਆਂ ਦਾ ਕਿਤੇ ਦੇਸ਼ ਪ੍ਰਦੇਸ਼ ਪ੍ਰੋਗਰਾਮ ਦੇ ਵਿੱਚ। ਤੁਸੀਂ ਜਾਣ ਲਿਓ ਕਿ ਰੈਫਲ ਐਜੀ ਸਿਟੀ ਵੱਲੋਂ ਵੱਖ ਸ਼ਹਿਰਾਂ ਦੇ ਵਿੱਚ ਸੈਮੀਨਾਰ ਦਾ ਔਰਗਨਾਈਜੇਸ਼ਨ ਜਿਹੜੀ ਸੀਗੀ ਇੱਕ ਬੜੇ ਚੰਗੇ ਢੰਗ ਨਾਲ ਸੰਗਠਨ ਕੀਤਾ ਗਿਆ ਸੀ ਔਰ ਵਿਸ਼ੇਸ਼ ਤੌਰ 'ਤੇ ਬਹੁਤ ਸਾਰੇ ਬੱਚਿਆਂ ਨੇ ਸ਼ਿਰਕਤ ਕੀਤੀ। ਕਈਆਂ ਦੇ ਸਵਾਲ ਜਵਾਬ ਫੇਸਬੁੱਕ 'ਤੇ ਵੀ ਆਏ, ਕਈਆਂ ਨੇ ਈਮੇਲ ਵਟਸਐਪ ਕੀਤਾ, ਮੈਸੇਜਸ ਕੀਤੇ। ਸੋ ਕੁਛ ਬੱਚੇ ਵਾਂਝੇ ਰਹਿ ਗਏ ਨਾ ਸੈਮੀਨਾਰਾਂ ਤੋਂ, ਉਹਨਾਂ ਵਾਸਤੇ ਦੁਬਾਰਾ ਜਿਹੜਾ ਹੈਗਾ 16, 17, 19 ਤਰੀਕ ਨੂੰ ਸ਼ੁਰੂ ਕੀਤਾ ਗਿਆ। 16 ਦੇ ਵਿੱਚ ਲੁਧਿਆਣਾ ਹੈ, 17 ਨੂੰ ਅੰਮ੍ਰਿਤਸਰ ਸਾਹਿਬ ਔਰ 19 ਨੂੰ ਚੰਡੀਗੜ੍ਹ ਦੇ ਜਿਹੜੇ ਦਫ਼ਤਰ ਨੇ ਉਹਨਾਂ ਦੇ ਵਿੱਚ ਇੱਕ ਵਾਰ ਫਿਰ ਕੈਨੇਡਾ ਨੂੰ ਲੈ ਕੇ ਜਿਹੜੇ ਸੈਮੀਨਾਰ ਸ਼ੁਰੂ ਕੀਤੇ ਗਏ ਨੇ। ਸੋ ਪਿਛਲੀਆਂ ਜਿਹੜੀਆਂ ਗੱਲਾਂ ਬਾਤਾਂ ਨੇ, ਤੁਹਾਡੇ ਕੁਝ ਸਵਾਲ ਨੇ, ਉਹਨਾਂ ਉੱਪਰ ਚਰਚਾ ਕਰਾਂਗੇ। ਉਸ ਤੋਂ ਬਾਅਦ ਲਗਾਤਾਰ ਸੈਪਟੈਂਬਰ ਇਨਟੇਕ ਦੀ ਕੁਝ ਗੱਲਬਾਤ ਹੋਏਗੀ, ਰਿਜ਼ਲਟ ਦੀ ਗੱਲਬਾਤ ਹੋਏਗੀ, ਰਿਫਿਊਜ਼ਲ ਕੇਸਾਂ ਦੀ ਗੱਲਬਾਤ ਹੋਏਗੀ ਔਰ ਜਨਵਰੀ ਇਨਟੇਕ ਦੀ ਜਿਹੜੀ ਹੈਗੀ ਗੱਲਬਾਤ ਹੋਏਗੀ। ਸਵਰਨ ਜੀ ਮੇਰੇ ਨਾਲ ਇਸ ਵਕਤ ਰੈਫਲ ਐਜੂਸਿਟੀ ਨੇ, ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਕਿਸ ਤਰ੍ਹਾਂ ਜੀ, ਕੀ ਸਵਾਲ ਨਿਕਲ ਕੇ ਸਾਹਮਣੇ ਜਿਹੜੇ ਸੈਮੀਨਾਰ ਹੁਣ ਤੱਕ ਕੀਤੇ ਨੇ ਤੁਸੀਂ? ਜਿੰਨੇ ਵੀ ਸਮ ਅਪ ਹੈਗਾ ਜੀ ਸੈਮੀਨਾਰਸ ਦਾ, ਜਿਵੇਂ ਆਪਾਂ ਲਾਸਟ ਵੀਕ ਵੀ ਇਹੀ ਗੱਲ ਕੀਤੀ ਸੀਗੀ ਕਿ ਸਟੂਡੈਂਟਸ ਬਹੁਤ ਵਰੀਡ ਨੇ ਜੀ, ਬਹੁਤ ਟੈਂਸ ਨੇ, ਬਹੁਤ ਟੈਨਸ਼ਨ 'ਚ ਨੇ, ਔਫਰ ਲੈਟਰ ਡਿਲੇ ਹੋ ਰਹੀ ਹੈ ਜੀ। ਸੋ ਇਹਦਾ ਉਹੀ ਫਿਰ ਆਪਾਂ ਤਰੀਕਾ ਕੱਢਿਆ ਸੀਗਾ ਜੀ, ਅਸੀਂ ਬਹੁਤ ਸਾਰੇ ਬੱਚਿਆਂ ਦਾ ਅਦਰ ਹੋਰ ਕਾਲਜਸ ਦੇ ਵਿੱਚ ਵੀ ਅਪਲਾਈ ਕੀਤਾ, ਬਟ ਹੋਰ ਕਾਲਜਸ ਵਾਲਿਆਂ ਕੋਲ ਵੀ ਹੈ ਨਹੀਂ। ਮਤਲਬ ਅੱਜ ਦਾ ਹੁਣ ਤਾਂ ਟਾਈਮ ਇਹ ਹੋਇਆ ਪਿਆ ਕਿ ਸਪਟੈਂਬਰ ਦੇ ਵਿੱਚ ਕਈ ਜਾ ਰਿਹਾ, ਏਜੰਟਸ ਐਡ ਵੀ ਦੇਈ ਜਾ ਰਿਹਾ ਕਿ ਅਸੀਂ ਕਰਵਾ ਦਾਂਗੇ, ਸਾਡੇ ਕੋਲ ਸੀਟਾਂ ਹੈਗੀਆਂ ਹੈਗੀਆਂ, ਬਟ ਹੋ ਨਹੀਂ ਰਿਹਾ ਜੀ ਕਿਸੇ ਕੋਲੋਂ ਵੀ ਕੁਛ ਐਕਚੁਅਲ ਦੇ ਵਿੱਚ। ਇੱਥੋਂ ਬੈਠ ਕੇ ਬਸ ਇੱਕ ਤਰੀਕਾ ਇਹ ਬਣਿਆ ਵੀ ਬੱਚਾ ਇੱਧਰ ਉੱਧਰ ਨਾ ਜਾਵੇ, ਉਹ ਭੱਜੇ ਫਿਰੇ ਨਾ, ਉਹ ਇੱਕ ਜਗ੍ਹਾ ਤੇ ਬੰਨਿਆ ਰਵੇ ਸਾਡੇ ਕੋਲ, ਕਹਿ ਕੇ ਸਪਟੈਂਬਰ ਅਸੀਂ ਉਹਦੀ ਐਡਮਿਸ਼ਨ ਕਰ ਲਈਏ, ਭੇਜੀਏ ਭਾਵੇਂ ਉਹਨੂੰ ਜਨਵਰੀ ਦੇ ਵਿੱਚ ਜਾ ਕੇ। ਸੋ ਮੇਜਰਲੀ ਤਾਂ ਇਹੀ ਸੀਗਾ ਜੀ ਕੰਸਰਨ ਬੱਚਿਆਂ ਦਾ। ਫਿਰ ਬਹੁਤ ਸਾਰੇ ਬੱਚਿਆਂ ਦਾ GIC ਦੇ ਵਿੱਚ ਡਿਲੇ ਹੋ ਰਿਹਾ ਜੀ, ਇਸ ਵਾਰ ਬੱਚਿਆਂ ਦਾ GIC ਉਹਦਾ ਵੀ। ਬੱਚੋ ਜੇ ਤੁਹਾਡਾ, ਮੈਂ ਤੁਹਾਨੂੰ ਇੱਕ ਕਰਨੀ ਚਾਹੁੰਦਾ, ਰਿਕੁਐਸਟ ਕਰਨੀ ਹੋਈ ਚਾਹੁੰਦਾ ਵਾਂ, ਅਗਰ ਤੁਹਾਡੀ ਕੋਈ ਔਫਰ ਲੈਟਰ ਪੈਂਡਿੰਗ ਫਸੀ ਹੋਈ ਹੈ ਕਿਸੇ ਏਜੰਟ ਕੋਲ, ਤੁਸੀਂ ਅਪਲਾਈ ਕੀਤਾ ਹੋਇਆ, ਤੁਹਾਡੀ ਔਫਰ ਲੈਟਰ ਨਹੀਂ ਆ ਰਹੀ, ਅਗਰ ਤੁਹਾਡਾ GIC ਦਾ ਅਕਾਊਂਟ ਕਿਤੇ ਨਹੀਂ ਖੁੱਲ ਰਿਹਾ, ਅਗਰ ਕੋਈ ਏਜੰਟਸ ਆ ਤੁਹਾਡਾ GIC ਦਾ ਅਕਾਊਂਟ ਯੂਜ਼ਰ ਨੇ ਪਾਸਵਰਡ ਨਹੀਂ ਦੇ ਰਿਹਾ, ਜਾਂ ਤੁਹਾਨੂੰ ਕੋਈ ਮਨਪਸੰਦ ਆਪਣਾ ਕਾਲਜ ਜਾਂ ਕੋਰਸ ਨਹੀਂ ਮਿਲ ਰਿਹਾ, ਤਾਂ ਤੁਸੀਂ ਇੱਕ ਵਾਰ ਇਹ ਸਾਡੇ ਸੈਮੀਨਾਰ ਜਿਹੜੇ ਨਹੀਂ ਆ ਸਕੇ, 16, 17 ਤੇ 19, ਇਹ ਫਰਾਈਡੇ ਹੈਗਾ ਜੀ, 16 ਨੂੰ ਫਰਾਈਡੇ ਨੂੰ ਲੁਧਿਆਣੇ, ਜੂਨ 16 ਜੂਨ ਨੂੰ, ਮਤਲਬ ਮੈਂ ਲੁਧਿਆਣੇ ਹਾਂ ਜੀ, ਮੈਨੂੰ ਮਿਲੋ ਆ ਕੇ ਤੁਸੀਂ। 17 ਤਰੀਕ ਨੂੰ, 17 ਜੂਨ ਨੂੰ ਸੈਟਰਡੇ ਨੂੰ ਮੈਂ ਅੰਮ੍ਰਿਤਸਰ ਮਿਲੂੰਗਾ ਜੀ ਤੁਹਾਨੂੰ, ਔਰ ਮੰਡੇ ਨੂੰ 19 ਜੂਨ ਨੂੰ ਚੰਡੀਗੜ੍ਹ ਆਫਿਸ ਦੇ ਵਿੱਚ। ਅਗਰ ਰਹਿ ਗਏ ਫਿਰ ਵੀ, ਹੁਣ ਹਜੇ ਵੀ ਫਸੇ ਹੋਏ ਹੋ, ਫਿਰ ਵੀ ਇੱਕ ਆਖਰੀ ਆਸ ਤੁਹਾਡੇ ਮਨ 'ਚ ਹੈਗੀ ਹੈ ਵੀ ਸ਼ਾਇਦ ਕਿਤੇ ਹੋ ਜਾਵੇ, ਉਹਨੂੰ ਬਰਕਰਾਰ ਰੱਖੋ ਆਪਣੀ ਆਸ ਉਮੀਦ ਨੂੰ, ਔਰ ਮੈਨੂੰ ਮਿਲੋ ਇਹਨਾਂ ਆਫਿਸਿਸ ਦੇ ਵਿੱਚ ਆ ਕੇ, ਕੁਛ ਨਾ ਕੁਛ ਹੱਲ ਆਪਾਂ ਜ਼ਰੂਰ ਕੱਢ ਲਵਾਂਗੇ। ਸਰ ਇੱਕ ਮਸਲਾ ਮੈਂ ਡਿਸਕਸ ਕਰਨਾ ਚਾਹੂੰਗਾ, ਇੱਕ ਬੱਚਾ ਸੀਗਾ ਜਿਹੜਾ ਮੇਰਾ ਜਾਣਕਾਰ ਸੀ, ਬਟ 1 ਸਾਲ ਪਹਿਲਾਂ ਰੈਫਲ ਐਜੂਸਿਟੀ ਕੋਲ ਉਹ ਐਨਰੋਲ ਹੋਇਆ। ਉਸ ਕਹਾਣੀ ਨੂੰ ਅਸੀਂ ਥੋੜ੍ਹੀ ਜਿਹੀ ਅੱਗੇ ਵਧਾਵਾਂਗੇ। ਪੰਜਾਬ ਦੇ ਵਿੱਚ ਤੁਸੀਂ ਵੱਖ ਵੱਖ ਸੈਮੀਨਾਰਾਂ 'ਚ ਘੁੰਮਦੇ ਰਹਿੰਦੇ ਹੋ, ਇੱਥੋਂ ਵੀ ਇਹ ਕੋ ਕੰਸਲਟੈਂਟ ਤੋਂ ਵੀ ਆਫਰ ਲੈ ਲਈ, ਬੀ ਤੋਂ ਵੀ ਲੈ ਲਈ, ਸੀ ਤੋਂ ਵੀ ਲੈ ਲਈ, ਕੀ ਨੁਕਸਾਨ ਹੈ ਜੀ? ਫਰੀ ਨੇ, ਅੱਜ ਕੱਲ੍ਹ ਤਾਂ ਫਰੀ ਬਣ ਰਹੀ ਨੇ, ਐਡ ਬੜੀ ਚੱਲ ਰਹੀ ਹੈ, ਫਿਰ ਰੈਫਲ ਐਜੂਸਿਟੀ ਤੋਂ ਵੀ ਲੈ ਲਓ, ਰਣਵੀਰ ਤੋਂ ਵੀ ਲੈ ਲਓ, ਉਹ ਤੋਂ ਵੀ ਲੈ ਲਓ, ਇਹ ਤੋਂ ਵੀ ਲੈ ਲਓ, ਕਿਹੜਾ ਕੋਈ ਨੁਕਸਾਨ ਹੈ? ਹੁਣ ਨੁਕਸਾਨ ਸੁਣੋ ਜ਼ਰਾ ਕੀ ਹੋਇਆ। ਇੱਕ ਬੱਚਾ ਜਿਹੜਾ 2016 ਦੇ ਵਿੱਚ ਰੈਫਲ ਐਜੂਸਿਟੀ ਕੋਲ ਚਲਿਆ ਜਾਂਦਾ, ਇਹਨਾਂ ਨੇ GIC ਉਹਨਾਂ ਦਾ ਅਕਾਊਂਟ ਖਿਲਾਇਆ, ਉਹਨਾਂ ਨੇ ਆਫਰ ਲੈਟਰ ਮੰਗਾਤੀ, ਬੱਚਾ ਭੱਜ ਕੇ ਕਿਸੇ ਹੋਰ ਕੰਸਲਟੈਂਟਸ ਕੋਲ ਚਲਿਆ ਜਾਂਦਾ, ਉਹਨਾਂ ਨੇ ਵੀ GIC ਖਿਲਾਤੀ, ਫਿਰ ਭੱਜ ਕੇ ਕਿਸੇ ਹੋਰ ਕੋਲ ਆਫਰ ਲੈਟਰ ਲੈਣ ਚਲਾ ਜਾਂਦਾ, ਉਹਨਾਂ ਨੇ ਵੀ GIC ਖਿਲਾਤੀ। ਸੋ ਸਰ, ਵਾਰ ਵਾਰ GIC ਖੁੱਲਣ ਦਾ ਨੁਕਸਾਨ ਕੀ? ਬੱਚੇ ਬਲੌਕ ਹੋ ਰਹੇ ਨੇ ਇਸ ਵਕਤ। ਹਾਂਜੀ, ਕਿਉਂਕਿ ਹੁਣ ਤਾਂ ਉਹਨਾਂ ਨੇ ਇਹ ਕਰਤਾ ਕਿ ਅਗਰ ਇੱਕ ਵਾਰ ਤੁਹਾਡਾ ਅਕਾਊਂਟ ਖੁੱਲ ਗਿਆ GIC ਦਾ, ਉਸ ਤੋਂ ਬਾਅਦ ਸੈਕੰਡ ਉਹ ਤੁਹਾਡਾ ਅਕਾਊਂਟ ਹੀ ਨਹੀਂ ਖੁੱਲ ਸਕਦਾ GIC ਦਾ, ਅੰਟਿਲ ਅਨਲੈਸ ਤੁਹਾਡੇ ਕੋਲ ਪਹਿਲਾ ਜਿਹੜਾ ਅਕਾਊਂਟ ਖੁੱਲਿਆ ਹੋਇਆ ਉਹਦੀਆਂ ਪੂਰੀਆਂ ਡਿਟੇਲਸ ਨਹੀਂ ਹੈਗੀਆਂ, ਉਹ ਮਿਲਦੀਆਂ ਨੇ, ਬੱਚੇ ਭੁੱਲ ਜਾਂਦੇ ਨੇ। ਦੇਖੋ, ਬੱਚੇ ਭੁੱਲ ਜਾਂਦੇ ਆ, ਬਹੁਤ ਸਾਰੇ ਕੰਸਲਟੈਂਟਸ ਵੀ ਨੇ ਉਹ ਵੀ ਆਪਣਾ ਰਿਕਾਰਡ ਮੇਨਟੇਨ ਨਹੀਂ ਕਰ ਪਾਉਂਦੇ, ਜਾਂ ਉਹ ਬੱਚੇ ਕਈ ਵਾਰ ਆਉਂਦੇ ਆ ਔਰ ਉਹ ਆ ਕੇ ਐਡਮਿਸ਼ਨ ਕਰਵਾ ਜਾਂਦੇ ਆ, ਜਿਵੇਂ ਹੁਣ ਅਸੀਂ ਦੱਸ ਰਹੇ ਨੇ ਭਾਅ ਜੀ ਕਿ ਕੋਈ ਬੱਚਾ ਆਇਆ, ਉਹਨੇ ਆਇਆ ਸਾਡੇ ਕੋਲ, ਆਈ ਐਡਮਿਸ਼ਨ ਕਰਵਾਤੀ, ਅਸੀਂ ਉਹਨੂੰ ਫਿਰ ਦੁਬਾਰਾ ਫੋਲੋ ਅਪ ਕੀਤਾ, ਉਹ ਕਹਿੰਦਾ ਜੀ ਮੈਂ ਤੁਹਾਡੇ ਕੋਲ ਕਰਨਾ ਹੀ ਨਹੀਂ ਅਪਲਾਈ, ਮੈਂ ਕਿਹਾ ਹੋਰ ਕਰਨਾ, ਉਹਦਾ ਜਿਹੜਾ
ਜਿੰਨੀਆਂ ਵੀ ਉਹਦੀਆਂ ਇਨਫੋਰਮੇਸ਼ਨਸ ਪਈਆਂ ਸੀ ਉਹ ਕਾਉਂਸਲਰਸ ਡਿਲੀਟ ਮਾਰ ਦਿੰਦੀਆਂ ਕਿ ਜਿਹੜਾ ਬੱਚਾ ਸਾਫ ਹੀ ਕਹਿ ਗਿਆ ਕਿ ਮੈਂ ਤੁਹਾਡੇ ਕੋਲੋਂ ਨਹੀਂ ਕਰਾਉਣਾ ਕਿਸੇ ਹੋਰ ਕੋਲੋਂ ਕਰਵਾਉਣਾ, ਉਹਦੀ ਇਨਫੋਰਮੇਸ਼ਨ ਖਤਮ ਹੋ ਜਾਂਦੀ ਹੈ, ਨਵਾਂ ਫਿਰ ਅਪਲਾਈ ਕਰਦਾ ਵਾ, ਪਹਿਲੀ ਵੀ ਖਤਮ, ਦੂਸਰੇ ਕੋਲੋਂ ਅਪਲਾਈ ਨਹੀਂ ਹੁੰਦਾ, ਜੇ ਹੋ ਜਾਂਦਾ ਉਹ ਮਿਸਮੈਚ ਹੋ ਜਾਂਦੀਆਂ, ਉੱਥੇ ਬਲੌਕ ਹੋ ਜਾਂਦਾ ਵਾ, ਇੱਕ ਇੱਕ ਬੱਚਾ ਤਿੰਨ ਤਿੰਨ ਨਾਮ ਤੋਂ ਅਪਲਾਈ ਕਰੀ ਜਾਂਦਾ। ਬੱਚੇ ਦਾ ਜੀ ਸਭ ਚਾਰ ਜਗ੍ਹਾ ਆਫਰ ਲੈਟਰ ਅਪਲਾਈ ਕੀਤਾ ਉਹ ਬੱਚੇ ਦਾ ਜਿਹੜਾ ਤੁਹਾਡੇ ਕੋਲ ਆਇਆ ਸਭ ਤੋਂ ਪਹਿਲਾਂ, ਹਾਂਜੀ, ਚਾਰਾਂ ਕੋਲੋਂ ਫਾਈਲ ਨਹੀਂ ਲਵਾਈ, ਦੋ ਕੋਲ GIC ਖਿਲਾਇਆ, ਇੱਕ ਕੋਲ ICIC ਬੈਂਕ ਦੇ ਵਿੱਚ ਖਾਤਾ ਖਿਲਾਇਆ, ਤਿੰਨੋ ਹੀ ਬਲੌਕ ਹੋਏ ਪਏ ਨੇ। SPP ਦਾ ਸਿਸਟਮ ਉਹਨੇ ਆਪਣਾ ਕੈਨੇਡਾ ਜਾਣ ਦਾ ਖਤਮ ਕਰ ਲਿਆ, ਸੁਪਨਾ ਜਿਹੜਾ ਹੈਗਾ ਖਤਮ ਕਰ ਲਿਆ ਇਸ ਵਕਤ। ਸੋ ਜਿਹੜੇ ਲੋਭ ਲਾਲਚ ਤੁਹਾਨੂੰ ਪੰਜਾਬ ਦੇ ਵਿੱਚ ਦਿੱਤੇ ਜਾਂਦੇ ਨੇ ਜੀ, ਵੇਵ ਆਫ ਹੈ, ਠੀਕ ਹੈ, ਚੰਗੀ ਗੱਲ ਹੈ, 5-7 ਹਜ਼ਾਰ ਰੁਪਇਆ ਬਚ ਰਿਹਾ। ਇੱਕ ਤਾਂ ਟਰੱਸਟ ਕਰੋ, ਕਾਉਂਸਲਿੰਗ ਸਭ ਤੋਂ ਲਓ, ਅਸੀਂ ਇੱਕ ਵਾਰ ਵਾਰ ਕਹਿੰਦੇ ਕਾਉਂਸਲਿੰਗ ਸਭ ਤੋਂ ਲਓ, ਅਸੈਸਮੈਂਟ 10 ਤੋਂ ਕਰਾਓ, ਅਪਲਾਈ ਇੱਕ ਜਗ੍ਹਾ ਕਰੋ ਜਿੱਥੇ ਤੁਹਾਨੂੰ ਇਤਬਾਰ ਹੋ ਗਿਆ। ਜੇ ਵਾਰ ਵਾਰ ਐਵੇਂ GIC ਖਿਲਾਉਂਦੇ ਰਹੋਗੇ, ਆਫਰ ਲੈਟਰ ਲੈਂਦੇ ਰਹੋਗੇ, ਇੱਕ ਦਿਨ ਆ ਕੇ ਨੁਕਸਾਨ ਅਲਟੀਮੇਟ ਤੁਹਾਡਾ ਹੈਗਾ। ਬਿਲਕੁਲ ਜੀ, ਬਿਲਕੁਲ। ਔਰ ਇਸ ਤੋਂ ਇਲਾਵਾ ਭਾਅ ਜੀ ਜਿਹੜੇ ਹੋਰ ਸਭ ਤੋਂ ਵੱਡੀ ਪ੍ਰੋਬਲਮ ਆ ਰਹੀ ਆ ਉਹ ਆ ਰਹੀ ਹੈ ਜੀ ਆਈਲੈਟਸ ਦੀ, ਬੱਚਿਆਂ ਦੇ ਬੈਂਡ ਨਹੀਂ ਆਏ, ਬਹੁਤ ਸਾਰੇ ਬੱਚੇ ਐਵੇਂ ਦੇ ਮਿਲੇ ਜਿਨ੍ਹਾਂ ਦੇ ਬੈਂਡਸ ਨਹੀਂ ਆਏ, ਜਦੋਂ ਫਿਰ ਪੁੱਛਿਆ ਗਿਆ ਕਿ ਆਈਲੈਟਸ ਕਿਉਂ ਨਹੀਂ ਆਏ, ਕੀ ਕਰਦੇ ਸੀਗੇ, ਫਿਰ ਉਹੀ ਰਿਪਲਾਈ ਜੀ, ਉਹ ਹੁਣ ਲੜਕੀ ਆ, ਦੇਖੋ ਤੁਸੀਂ ਮਤਲਬ ਹੁਣ ਕਹਿਣਾ ਨਹੀਂ ਚਾਹੀਦਾ ਵੈਸੇ ਤਾਂ, ਚਲੋ ਮੇਰੇ ਬੱਚਿਆਂ ਵਰਗੇ ਹੀ ਨੇ ਸਾਰੇ, ਬਟ ਮਾਂ ਪਿਓ ਦੀ ਤੁਸੀਂ ਇੱਕ ਮੈਂਟਲ ਲੈਵਲ ਦੇਖੋ। ਮੈਂ ਇੱਕ ਫਾਦਰ ਨਾਲ ਗੱਲ ਕਰ ਰਿਹਾ ਵਾਂ, ਉਹਨੂੰ ਮੈਂ ਪੁੱਛ ਰਿਹਾ ਵਾਂ ਕਿ ਤੁਸੀਂ ਉਹ ਹੁਣ ਮੈਨੂੰ ਕਹਿ ਰਿਹਾ ਕਿ ਸਰ 4 ਮਹੀਨੇ ਸਾਡੇ ਖਰਾਬ ਹੋ ਚੁੱਕੇ ਆ, 2 ਵਾਰ ਆਈਲੈਟਸ ਦਾ ਇਗਜ਼ਾਮ ਦੇ ਚੁੱਕੀ ਆ ਬੇਟੀ ਮੇਰੀ, ਔਰ ਉਹਦਾ ਆਈਲੈਟਸ ਨਹੀਂ ਆ ਰਿਹਾ, ਹੁਣ ਮੈਂ ਦੱਸੋ ਕੀ ਕਰਾਂ। ਮੈਂ ਕਿਹਾ ਸਰ ਮੈਨੂੰ ਜਦੋਂ ਤੱਕ ਯਾਦ ਆ ਤੁਸੀਂ ਮੈਨੂੰ ਮਿਲੇ ਸੀਗੇ ਔਰ ਮੈਂ ਤੁਹਾਨੂੰ ਸੁਜੈਸਟ ਕੀਤਾ ਸੀਗਾ ਵੀ ਚੰਡੀਗੜ੍ਹ ਭੇਜੋ। ਸਰ ਆਪਾਂ ਸੋਚਿਆ ਲੜਕੀ ਆ ਇਕੱਲੀ ਆ, ਇਹਨੂੰ ਚੰਡੀਗੜ੍ਹ ਕਿਉਂ ਭੇਜਣਾ? ਮੈਂ ਕਿਹਾ ਜਨਾਬ ਤੁਸੀਂ ਇਹਨੂੰ ਕੈਨੇਡਾ ਭੇਜਣ ਲੱਗੇ ਹੋ। ਕਹਿੰਦੇ ਜੀ ਅੱਖਾਂ ਤੋਂ ਪਰੇ ਤਾਂ ਜਿਹੜਾ ਕੁਝ ਹੋਈ ਜਾਵੇ, ਅੱਖਾਂ ਦੇ ਸਾਹਮਣੇ ਤਾਂ ਨਹੀਂ ਨਾ ਕੁਝ ਹੋਣਾ ਚਾਹੀਦਾ। ਮਤਲਬ ਤੁਸੀਂ ਸੋਚੋ ਵੀ ਅਸੀਂ ਕਿਹੋ ਜਿਹੀਆਂ ਗੱਲਾਂ ਕਰ ਰਹੇ ਹਾਂ ਬੈਠ ਕੇ, ਕਿਵੇਂ ਤਾਂ ਅਸੀਂ ਸੋਚ ਰਹੇ ਹਾਂ ਆਪਦੇ ਬੱਚਿਆਂ ਬਾਰੇ, ਕੀ ਸਾਡੀ ਸੋਚ ਆ, ਕੀ ਸਾਨੂੰ ਯਕੀਨ ਨਹੀਂ ਆਪਦੇ ਬੱਚਿਆਂ ਦੇ ਉੱਪਰ, ਜਿਹਨੇ ਵਿਗੜਨਾ ਉਹਨੇ ਤੁਹਾਡੇ ਘਰੇ ਬੈਠੇ ਨੇ ਵਿਗੜ ਜਾਣਾ, ਜਿਹਨੇ ਨਹੀਂ ਵਿਗੜਨਾ ਉਹਨੇ ਕੈਨੇਡਾ ਜਾ ਕੇ ਵੀ ਨਹੀਂ ਵਿਗੜਨਾ। ਸੋ ਬੱਚੇ ਦਾ ਹੁਣ 4 ਮਹੀਨੇ ਖਰਾਬ ਕਰਕੇ ਸਾਲ ਸਪਟੈਂਬਰ ਇਨਟੇਕ ਵੀ ਲੰਘ ਕੇ ਹੁਣ ਜਨਵਰੀ ਦੇ ਵਿੱਚ ਭੇਜਾਂਗੇ। ਅਨਫੋਰਚੁਨੇਟਲੀ ਜਿਹੜਾ ਉਹ ਲੜਕੀ ਕਹਿ ਰਹੀ ਹੈ ਕਿ ਮੈਂ ਕੋਰਸ ਕਰਨਾ ਸੀਗਾ, ਉਹ ਸਪਟੈਂਬਰ ਹੀ ਸਟਾਰਟ ਹੁੰਦਾ, ਐਂਡ ਉਹ ਬਹੁਤ ਫਸੀ ਪਈ ਹੈ ਕਿ ਮੈਂ ਸਿਰਫ ਆਹੀ ਕੋਰਸ ਕਰਨਾ, ਮੈਂ ਹੋਰ ਕੁਝ ਕਰਨਾ ਹੀ ਨਹੀਂ ਹੈਗਾ ਲਾਈਫ ਦੇ ਵਿੱਚ। ਸੋ ਇਹਦਾ ਮਤਲਬ ਹੁਣ ਸਪਟੈਂਬਰ 2018 ਲਈ ਲਾਈਨ 'ਚ ਲੱਗ ਗਈ ਹੋਈ ਆ, ਜਸਟ ਬਿਕੋਜ਼ ਆਫ ਹੁਣ ਮਾਂ ਪਿਓ ਦੀ ਗਲਤੀ। ਮੈਨੂੰ ਇੱਕ ਹਮੇਸ਼ਾ ਤੁਸੀਂ ਗੁੱਸਾ ਨਾ ਕਰਿਓ ਜੀ ਮੇਰੀਆਂ ਗੱਲਾਂ ਦਾ, ਮੇਰਾ ਇੱਕ ਬਹੁਤ ਮੇਰਾ ਕਲਾਸਮੇਟ ਆ ਜੀ, ਮੇਰਾ ਇੱਕ ਫਰੈਂਡ, ਮਤਲਬ ਤੁਸੀਂ ਇਹ ਦੇਖੋ ਵੀ ਉਹ ਕਿਸੇ ਟਾਈਮ ਦੇ ਵਿੱਚ ਸੈਕੰਡ ਲੈਫਟੀਨੈਂਟ ਡਾਇਰੈਕਟ ਭਰਤੀ ਹੋ ਗਿਆ ਜੀ, ਤੇ ਉਹਦੇ ਮਦਰ ਨੇ ਉਹਨੂੰ ਆਰਮੀ ਦੇ ਵਿੱਚ ਨਹੀਂ ਜਾਣ ਦਿੱਤਾ, ਨਹੀਂ ਆਰਮੀ 'ਚ ਨਹੀਂ ਜਾਣ ਦੇਣਾ, ਗੋਲੀ ਵੱਜੂ, ਆਹ ਹੋਜੂ, ਉਹ ਹੋਜੂਗਾ। ਦੋ ਸੀਗੇ ਜੀ ਲੜਕੇ, ਇੱਕ ਮਤਲਬ ਖੰਨੇ ਦੇ ਨੇੜੇ ਦਾ ਹੀ ਸੀਗਾ, ਦੂਜਾ ਸਮਰਾਲੇ ਦੇ ਨੇੜੇ 'ਤੇ ਸੀਗੇ ਜੀ, ਮੇਰੇ ਨਾਲ ਹੀ ਪੜ੍ਹੇ ਨੇ ਦੋਨੋਂ ਜੀ, ਦੋਨੋਂ ਚਲੇ ਗਏ ਜੀ। ਇੱਕ ਉਹਨਾਂ 'ਚੋਂ ਬੱਚਾ ਚਲਾ ਗਿਆ, ਜਿਹੜਾ ਉਹ ਚਲਾ ਗਿਆ ਉਹ ਅੱਜ ਮੇਜਰ ਹੈ ਆਰਮੀ ਦੇ ਵਿੱਚ, ਮੇਜਰ ਦਾ ਰੈਂਕ ਬਹੁਤ ਵੱਡਾ ਰੈਂਕ ਹੁੰਦਾ ਹੈ ਜੀ ਆਰਮੀ ਦੇ ਵਿੱਚ। ਸੋ ਹੁਣ ਉਹ ਲੈਫਟੀਨੈਂਟ ਕਰਨਲ ਬਣਨ ਵਾਲਾ ਹੈ, ਅਤੇ ਜਿਹੜਾ ਉਹ ਜਿਹਦੇ ਮਦਰ ਨੇ ਉਹਨੂੰ ਨਹੀਂ ਜਾਣ ਦਿੱਤਾ, ਉਹ ਇੱਕ ਜਿਹੜੇ ESI ਵਗੈਰਾ ਜਿਹੜੇ ਹੁੰਦੇ ਨੇ ਜੀ, ਜਿਹੜੇ ਆ ਸਰਕਾਰੀ ਇੰਸ਼ੋਰੈਂਸਾਂ ਕਰਦੇ ਆ ਜਿਹੜੇ ਆਪਣੇ ਫੈਕਟਰੀਆਂ ਵਗੈਰਾ ਦੇ ਵਿੱਚ ਜਿਹੜੀ ਮੈਡੀਕਲ ਕਲੇਮ ਹੁੰਦੀ ਹੈ ਇੰਸ਼ੋਰੈਂਸ, ਉਹਦੇ ਵਿੱਚ ਉਹ ਵਿਚਾਰਾ ਇੱਕ ਛੋਟੀ ਪੋਜੀਸ਼ਨ ਦੇ ਉੱਪਰ ਲੱਗਿਆ ਅਤੇ ਕੰਮ ਕਰ ਰਿਹਾ। ਹੁਣ ਮਤਲਬ ਇਹੋ ਜਿਹੀਆਂ ਕਿੰਨੀਆਂ ਐਗਜ਼ੈਂਪਲਸ ਨੇ ਜਿਹੜੀਆਂ ਮੈਂ ਦੱਸਾਂ ਕਿ ਮਾਂ ਪਿਓ ਜਿਹਦੇ ਵਿੱਚ ਬੱਚੇ ਪੂਰੀ ਜ਼ਿੰਦਗੀ ਆਪਣੇ ਮਾਂ ਪਿਓ ਨੂੰ ਗਾਲਾਂ ਕੱਢਦੇ ਆ, ਮਤਲਬ ਕੱਢਦੇ ਰਹਿੰਦੇ ਆ, ਜਦੋਂ ਕਿ ਮਾਂ ਪਿਓ ਤਾਂ ਇੱਕ ਇਹੋ ਜਿਹੀ ਚੀਜ਼ ਆ ਕਿ ਮਤਲਬ ਆਪਾਂ ਪੰਜਾਬੀ ਦੀ ਕਹਾਵਤ ਆ ਕਿ ਮਾਪੇ ਕਮਾਪੇ ਨਹੀਂ ਹੁੰਦੇ, ਪੁੱਤ ਕਪੁੱਤ ਹੋ ਜਾਂਦੇ ਨੇ, ਠੀਕ ਹੈ ਜੀ। ਬਟ ਕਈ ਐਗਜ਼ੈਂਪਲਸ ਇਹੋ ਜਿਹੀਆਂ ਨੇ ਕਿ ਅਸੀਂ ਆਪਦੀ ਗਲਤੀ ਨਾਲ, ਆਪਦੇ ਹੱਠ ਨਾਲ, ਆਪਦੀ ਜਿੱਦ ਦੇ ਨਾਲ ਹੀ ਆਪਣੇ ਬੱਚਿਆਂ ਦਾ ਮਤਲਬ ਇੰਟੈਂਸ਼ਨਲੀ ਅਨਇੰਟੈਂਸ਼ਨਲੀ ਮਤਲਬ
ਜਾਣ ਬੁੱਝ ਕੇ ਜਾਂ ਅਣਜਾਣੇ ਦੇ ਵਿੱਚ ਅਸੀਂ ਆਪਣੇ ਬੱਚਿਆਂ ਦਾ ਲਾਈਫ ਖਰਾਬ ਕਰ ਦਿੰਦੇ ਹਾਂ। ਕਦੇ ਉਹਨੂੰ ਨਹੀਂ ਤੈਨੂੰ ਇੱਥੇ ਹੀ ਭੇਜਣਾ ਸੀ, ਨਹੀਂ ਤੈਨੂੰ ਉੱਥੇ ਭੇਜਣਾ ਹੀ ਨਹੀਂਗਾ, ਜੇ ਜਾਣਾ ਕੈਨੇਡਾ ਤਾਂ ਇੱਥੇ ਜਾਣਾ। ਲੜਕੀਆਂ ਲਈ ਸਪੈਸ਼ਲ ਕੰਡੀਸ਼ਨ ਹੁੰਦੀ ਆ, ਭੇਜੂ ਕੈਨੇਡਾ ਮੈਂ ਤਾਂ ਤੈਨੂੰ ਇਸੇ ਕਾਲਜ ਦੇ ਵਿੱਚ ਇਸ ਇਹਨਾਂ ਦੇ ਕੋਲੇ ਭੇਜੂਗਾ, ਨਹੀਂ ਤਾਂ ਨਹੀਂ ਭੇਜੂ, ਘਰੇ ਬਹਿ ਜਾ। ਹੁਣ ਉਹਨੇ ਕੀ ਕਰਨਾ ਲਾਈਫ ਦੇ ਵਿੱਚ, ਕੁਛ ਬਣਨਾ ਸੀ ਨਹੀਂ ਬਣਨਾ ਸੀਗਾ, ਤੇ ਉਹ ਆ ਕਰਨਾ ਤਾਂ ਆਹੀ ਕਰਨਾ ਨਹੀਂ ਤਾਂ ਨਹੀਂ ਕਰਨਾ। ਮੈਡੀਕਲ ਲੈਣਾ ਮਤਲਬ ਮੈਡੀਕਲ ਲੈਣਾ ਵਾ, ਨਹੀਂ ਤਾਂ ਘਰੇ ਬੈਠ ਜਾ, ਮੈਡੀਕਲ ਹੀ ਬਣਾਉਣਾ, ਤੈਨੂੰ ਡਾਕਟਰ ਹੀ ਬਣਾਉਣਾ ਵਾ। ਸੋ ਐਵੇਂ ਦੀਆਂ ਬਹੁਤ ਸਾਰੀਆਂ, ਨਹੀਂ ਤੂੰ ਤੈਨੂੰ ਚੰਡੀਗੜ੍ਹ ਨਹੀਂ ਭੇਜਣਾ ਸੀ, ਤੂੰ ਵਿਗੜ ਜਾਏਗਾ, ਕੈਨੇਡਾ ਭੇਜ ਦਾਂਗੇ, ਉੱਥੇ ਤਾਂ ਕੁਛ ਵੀ ਨਹੀਂ ਆ, ਕੈਨੇਡਾ 'ਚ ਤਾਂ ਕੋਈ ਵਾਲੀ ਵਾਰ ਸੀ ਨਹੀਂ ਆ ਬੱਚਿਆਂ ਦਾ। ਸੋ ਬਹੁਤ ਮੈਕਸੀਮਮ ਜਿਹੜੇ ਬੱਚੇ ਇਸ ਵਾਰ ਪਹਿਲੀ ਹੀ ਨਹੀਂ ਆਫਰ ਲੈਟਰ ਆ ਰਹੀਆਂ ਜੀ, ਉੱਪਰ ਦੀ ਆ ਜਿਹੜਾ ਗੰਦ ਪਾਇਆ ਪਿਆ ਇਹਨਾਂ ਨੇ, ਛੋਟੇ ਛੋਟੇ ਆਈਲੈਟ ਸੈਂਟਰਾਂ ਨੇ। ਰਣਬੀਰ ਭਾਜੀ, ਕਿਹੜਾ ਬੱਚਾ ਮੈਨੂੰ 100 ਦੇ ਵਿੱਚੋਂ 70 ਇਹੋ ਜਿਹੇ ਬੱਚੇ ਮਿਲੇ ਹੋਣਗੇ ਜਿਨ੍ਹਾਂ ਨੂੰ ਪੁੱਛਿਆ ਕੀ ਕਰ ਰਹੇ ਹੋ, ਆਈਲੈਟਸ ਕਰ ਰਹੇ ਹੋ ਜੀ? 6 ਮਹੀਨੇ ਤੋਂ ਜੀ। ਨਹੀਂ ਜੀ, ਆਈਲੈਟਸ ਦੇ ਵਿੱਚ ਕੀ ਕਰ ਰਹੇ ਹੋ? ਕਿਉਂਕਿ ਮੈਨੂੰ ਪਤਾ ਹੈ ਨਾ ਕਿ ਆਈਲੈਟਸ ਨਹੀਂ ਕਰ ਰਹੇ। ਮੈਂ ਮੇਰਾ ਅਗਲਾ ਕੁਐਸਚਨ ਪੁੱਛਦਾ, ਆਈਲੈਟਸ ਦੇ ਵਿੱਚ ਕੀ ਕਰ ਰਹੇ ਹੋ? ਸਰ ਸਪੋਕਨ ਇੰਗਲਿਸ਼ ਕਰ ਰਹੇ ਹਾਂ, ਮਤਲਬ 2 ਮਹੀਨੇ ਦਾ ਸਪੋਕਨ ਇੰਗਲਿਸ਼ ਕਰਾਂਗੇ, ਫਿਰ ਅੱਗੇ ਕਰਾਂਗੇ। ਉਹੀ ਮੈਂ ਬਾਰ ਬਾਰ ਦੱਸਦਾ ਹੁੰਦਾ ਕਿ ਫਿਰ 2 ਮਹੀਨੇ ਦਾ ਰੀਡਿੰਗ ਵੀ ਕਰਾਂਗੇ, 2 ਮਹੀਨੇ ਦਾ ਰਾਈਟਿੰਗ ਵੀ ਕਰਾਂਗੇ, 2 ਮਹੀਨੇ ਦਾ ਸਪੀਕਿੰਗ ਵੀ ਕਰਾਂਗੇ, ਲਿਸਨਿੰਗ ਵੀ ਕਰਾਂਗੇ, 8 ਮਹੀਨੇ ਦਾ ਡਿਪਲੋਮਾ ਇਨ ਆਈਲੈਟਸ ਕਰਾਂਗੇ ਅਸੀਂ। ਜਿਹੜਾ ਮੈਕਸੀਮਮ ਸਕੋਰ ਪੰਜਾਬ ਦੇ ਬੱਚਿਆਂ ਦਾ ਘੱਟ ਆਉਂਦਾ ਆ, ਉਹ ਰੀਡਿੰਗ ਦੇ ਵਿੱਚ ਆਉਂਦਾ ਵਾ। ਮੇਰੀ ਧਿਆਨ ਨਾਲ ਗੱਲ ਸੁਣਿਓ, ਰੀਡਿੰਗ ਦੇ ਵਿੱਚ ਮੈਕਸੀਮਮ ਬੱਚੇ ਰੀਡਿੰਗ ਦੇ ਵਿੱਚੋਂ ਨਹੀਂ ਕਰ ਪਾਉਂਦੇ, ਐਂਡ ਸਪੀਕਿੰਗ ਸੈਕੰਡ ਜਿਹੜਾ ਆਉਂਦਾ ਥੋੜ੍ਹਾ ਬਹੁਤਾ ਪ੍ਰੋਬਲਮ ਆਉਂਦੀ ਆ, ਉਹ ਸੈਕੰਡ ਥਰਡ ਆਉਂਦੀ ਆ, ਰੀਡਿੰਗ ਪਹਿਲੀ ਪ੍ਰੋਬਲਮ ਆਉਂਦੀ ਆ। ਸੋ ਰੀਡਿੰਗ ਦੇ ਵਿੱਚ 2 ਮਹੀਨੇ ਕੋਈ ਨਹੀਂ ਲਵਾਉਂਦਾ, ਬੱਚੇ ਉਹ ਤੁਹਾਨੂੰ ਦੋ ਦੋ ਤੇ ਅੱਛਾ ਮਾਂ ਪਿਓ ਵੀ ਨਹੀਂ ਕਹਿੰਦੇ, ਥੋੜ੍ਹਾ ਰਵਾਂ ਜਿਹਾ ਹੋ ਜੂਗਾ ਨਾ, ਥੋੜ੍ਹਾ ਥੋੜ੍ਹਾ ਇਹਨੂੰ ਥੋੜ੍ਹਾ ਜਿਹਾ ਥੋੜ੍ਹੀ ਨੌਲੇਜ ਹੀ ਆ ਜੂਗੀ ਇੰਗਲਿਸ਼ ਦੀ। ਨਹੀਂ ਆਉਣੀ ਜੀ, ਚਾਰੋ ਪਾਰਟਸ ਨੇ, ਰੀਡਿੰਗ, ਰਾਈਟਿੰਗ, ਲਿਸਨਿੰਗ, ਸਪੀਕਿੰਗ, 4 ਟਾਇਰ ਨੇ ਗੱਡੀ ਦੇ ਵਿੱਚ, ਇੱਕ ਤੇ ਹਵਾ ਭਰੀ ਜਾਓ ਅਤੇ ਦੂਜਿਆਂ ਨੂੰ ਤੁਸੀਂ ਪੈਂਚਰ ਹੀ ਕਰ ਲਓ ਜਾਂ ਉਹਨੂੰ ਫਾੜ ਦਿਓ ਹਵਾ ਭਰ ਕੇ, ਦੂਜਿਆਂ 'ਚ ਬਿਨਾਂ ਹਵਾ ਭਰੀ ਪਾੜ ਲਓ ਉਹਨਾਂ ਨੂੰ। ਸੋ ਕਹਿਣ ਦਾ ਮਤਲਬ ਬੈਲੈਂਸ ਬਣਾ ਕੇ ਚੱਲਣਾ ਪੈਣਾ। 3 ਇੰਸਟੀਚਿਊਟ ਨੇ ਜੀ, ਲੁਧਿਆਣਾ ਦੇ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਐਂਡ ਚੰਡੀਗੜ੍ਹ ਦੇ ਵਿੱਚ ਸਾਡੇ ਆਈਲੈਟਸ ਦੇ, ਤਿੰਨਾਂ ਦੇ ਵਿੱਚ ਪਰਫੈਕਟ, ਸਾਰੀ ਵਧੀਆ, ਬਹੁਤ ਵਧੀਆ ਜਿਹੜੇ ਸਾਡੇ ਫੈਕਲਟੀ ਨੇ, ਟੀਚਰਸ ਨੇ, ਬਾਹਰੋਂ ਬੁਲਾਏ ਹੋਏ ਨੇ ਜੀ। ਸੋ ਜਿਹੜਾ ਅਸੀਂ ਪੜ੍ਹਾ ਰਹੇ ਹਾਂ ਬੱਚਿਆਂ ਨੂੰ, ਉਹ ਟੈਕਨੀਕ ਦੇ ਨਾਲ ਪੜ੍ਹਾ ਰਹੇ ਹਾਂ। ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਇੱਕ ਅਗਰ ਇੰਨਾ ਮੋਟਾ ਲੋਹੇ ਦਾ ਕੜਾ ਵਾ, ਉਹਨੂੰ ਖਲੀ ਛੱਡੋ, ਖਲੀ ਦਾ ਬਾਪ ਵੀ ਆ ਜਾਵੇ, ਇਹਨਾਂ ਨੂੰ ਬੈਂਡ ਕਰਕੇ ਮੋੜ ਕੇ ਉਹਦਾ ਕੜਾ ਨਹੀਂ ਬਣਾ ਸਕਦਾ ਲੋਹੇ ਦੇ ਪਾਈਪ ਦਾ, ਪਰ ਲੋਹਾਰ ਦਾ 7-8 ਸਾਲ ਦਾ ਬੱਚਾ ਵੀ ਉਹਨੂੰ 5-7 ਮਿੰਟਾਂ 'ਚ ਹੀ ਉਹਨੂੰ ਰਿੰਗ ਬਣਾ ਦੇਗਾ, ਉਹਦਾ ਕੜਾ ਬਣਾ ਦੇਗਾ, ਬਿਕੋਜ਼ ਉਹਨੂੰ ਟੈਕਨੀਕ ਪਤਾ। ਸੋ ਆਈਲੈਟਸ ਧੱਕੇਸ਼ਾਹੀ ਨਾਲ, ਜ਼ਬਰਦਸਤੀ ਨਾਲ ਨਹੀਂ ਆਉਂਦੀ ਜੀ, ਇਹ ਟੈਕਨੀਕ ਨਾਲ ਆਉਂਦੀ ਹੈ, ਅਤੇ ਟੈਕਨੀਕ ਆ ਸਾਡੇ ਕੋਲ 2 ਮਹੀਨੇ ਹੱਦ ਤੋਂ ਹੱਦ। ਜੇ ਕੋਈ ਬਹੁਤ ਹੀ ਜ਼ਿਆਦਾ ਬੱਚਾ ਦਾ ਬੇਸ ਵੀਕ ਹੋਵੇ ਤਾਂ 3 ਮਹੀਨੇ, ਨਹੀਂ ਤਾਂ 1.5 ਤੋਂ 2 ਮਹੀਨੇ ਦੇ ਵਿੱਚ ਮੇਰੇ ਇੰਸਟੀਚਿਊਟ ਦੇ ਵਿੱਚ ਬੱਚਿਆਂ ਨੂੰ ਆਈਲੈਟਸ ਕਰਵਾਇਆ ਜਾਂਦਾ ਜੀ। ਜਿਹੜੇ ਬੱਚੇ, ਹੁਣ ਵੀ ਮੈਂ ਮਾਂ ਪਿਓ ਨੂੰ ਰਿਕੁਐਸਟ ਕਰਦਾ, ਜਿਹੜੇ ਬੱਚੇ ਰਹਿ ਗਏ ਆਈਲੈਟਸ ਨਹੀਂ ਕਰ ਪਾਏ ਬਾਰ ਬਾਰ ਇੱਕੋ ਹੀ ਜਗ੍ਹਾ ਤੇ, ਹੁਣ ਮੈਨੂੰ ਬਹੁਤ ਸਾਰੇ ਬੱਚੇ ਐਵੇਂ ਦੇ ਆਉਣਗੇ ਜਿਹੜੇ ਕਹਿਣਗੇ ਜੀ 5.5 ਬੈਂਡ ਆ ਗਏ ਨੇ ਜੀ, 4 ਵਾਰ ਪੇਪਰ ਦੇ ਲਿਆ, 4 ਵਾਰ ਪੇਪਰ, 4 ਵਾਰ ਜਿਹੜੀ ਕੋਚਿੰਗ ਲਈ ਆ ਇੱਕੋ ਹੀ ਜਗ੍ਹਾ ਤੋਂ ਲਈ ਆ ਜਾਂ ਇੱਕੋ ਹੀ ਸ਼ਹਿਰ ਚੋਂ ਲਈ ਆ, ਸ਼ਹਿਰ ਚੇਂਜ ਕਰ ਲਓ, ਭੇਜੋ ਚੰਡੀਗੜ੍ਹ ਆਪਣੇ ਬੱਚਿਆਂ ਨੂੰ, ਕੋਈ ਪ੍ਰੋਬਲਮ ਨਹੀਂ, ਲੁਧਿਆਣੇ ਭੇਜੋ, ਸ਼੍ਰੀ ਅੰਮ੍ਰਿਤਸਰ ਸਾਹਿਬ ਭੇਜੋ, ਵਧੀਆ ਸਾਡੇ ਕੋਲ ਸੈਂਟਰ ਨੇ। ਲੜਕੀਆਂ ਲਈ ਹੋਸਟਲ ਦਾ ਸਾਡਾ ਆਪਣਾ ਅਰੇਂਜਮੈਂਟ ਆ, ਬਿਲਕੁਲ ਫਿਕਰ ਕਰਨ ਦੀ ਲੋੜ ਨਹੀਂ, ਲੜਕੀਆਂ ਲਈ ਅਲੱਗ ਆ, 9:30 ਵਜੇ ਤੋਂ ਲੈ ਕੇ 5:30 ਵਜੇ ਤੱਕ ਕਲਾਸਾਂ ਲੱਗਦੀਆਂ ਨੇ, ਸਾਰੇ ਬੁੱਕਸ, ਬੈਗ, ਪੈੱਨ, ਕਾਪੀ, ਪੈਨਸਲਾਂ ਸਭ ਕੁਛ ਅਸੀਂ ਪ੍ਰੋਵਾਈਡ ਕਰਨਾ, ਬੱਚਿਆਂ ਦੇ ਮੌਕ ਟੈਸਟ ਔਰ ਉਹਨਾਂ ਦੀ ਸਪੋਕਨ ਸਭ ਇੱਕ ਇੱਕ ਚੀਜ਼ 'ਤੇ ਬਾਕਾਇਦਾ ਧਿਆਨ ਦਿੱਤਾ ਜਾਂਦਾ। ਸੋ ਮੈਕਸੀਮਮ ਜਿਹੜੇ ਸੈਮੀਨਾਰ ਦੇ ਵਿੱਚ ਮੈਨੂੰ ਜਿਹੜਾ ਮਿਲਿਆ ਦੇਖਣ ਨੂੰ, ਉਹ ਇਹ ਸੀਗਾ ਕਿ ਬੱਚਿਆਂ ਤੋਂ ਆਈਲੈਟਸ ਨਹੀਂ ਕਲੀਅਰ ਹੋਇਆ। ਸੋ ਉਹ ਮੈਂ ਸੱਦਾ ਦਿੰਦਾ ਉਹ ਬੱਚਿਆਂ ਨੂੰ ਕਿ ਤੁਸੀਂ ਜ਼ਰੂਰ ਆ ਕੇ, ਮਾਂ ਪਿਓ ਨੂੰ ਰਿਕੁਐਸਟ ਕਰਦਾ ਕਿ ਇੱਕ ਇੱਕ ਵਾਰ ਆਪਣੇ ਬੱਚਿਆਂ ਨੂੰ ਜ਼ਰੂਰ ਸਾਡੇ ਕੋਲ ਭੇਜੋ, ਅਗਰ ਆਈਲੈਟਸ ਨਹੀਂ ਹੋ ਰਿਹਾ ਸਾਡੇ ਕੋਲ ਭੇਜ ਦਿਓ।
ਜ਼ਿੰਮੇਵਾਰੀ ਹੈ, ਅਸੀਂ ਆਪਣੇ ਆਪ ਗਰੰਟੀ ਤਾਂ ਨਹੀਂ ਲੈਂਦਾ ਬਟ ਇੰਸ਼ੋਰੈਂਸ ਆ ਮੇਰੀ ਕਿ 99% ਇੰਸ਼ੋਰੈਂਸ ਆ ਕਿ ਤੁਹਾਡੇ ਬੱਚੇ ਦੇ ਆਈਲੈਟਸ ਬੈਂਡ ਅਸੀਂ ਪ੍ਰੋਪਰ ਲੈ ਲਾਂਗੇ ਜੀ। ਜਿਸ ਤਰ੍ਹਾਂ ਸੰਸਦ ਸਾਹਿਬ ਨੇ ਕਾਫੀ ਸਵਾਲ ਰੇਜ਼ ਕੀਤੇ, ਕੁਝ ਬੱਚੇ ਵੀ ਕਰਨਗੇ, ਕੁਝ ਸੈਮੀਨਾਰ ਦੀਆਂ ਝਲਕੀਆਂ ਵੀ ਹੋਣਗੀਆਂ, ਉਸ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਦੋ ਟੌਪਿਕ ਅਸੀਂ ਛੋਵਾਂਗੇ, 4 ਮਿੰਟ 3 ਸਾਡੇ ਕੋਲ ਬਚਣਗੇ, ਜਿਹਦੇ ਵਿੱਚ ਪਹਿਲਾ ਮਸਲਾ ਹੋਏਗਾ ਕਿ ਜਨਵਰੀ ਇਨਟੇਕ ਦੀਆਂ ਆਫਰ ਲੈਟਰ ਲੈਣ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ, ਤੀਸਰਾ ਕੁਛ ਪਬਲਿਕ ਡੀਲਿੰਗ ਦੇ ਕੋਰਸਾਂ ਨੂੰ 6 ਬੈਂਡ ਦੇ ਉੱਪਰ ਆਫਰ ਲੈਟਰ ਮੰਗਵਾਈ ਜਾ ਰਹੀ ਹੈ, ਪੰਜਾਬ 'ਚ ਬਹੁਤ ਵੱਡੀ ਰਿਜੈਕਸ਼ਨ ਆ ਰਹੀ ਹੈ, ਜਦੋਂ ਕਿ ਪਬਲਿਕ ਡੀਲਿੰਗ ਨੂੰ ਕੈਨੇਡਾ ਵੱਲੋਂ ਸਪੈਸ਼ਲ ਕਿਹਾ ਹੋਇਆ ਕਿ 6.5-7 ਬੈਂਡ ਨੂੰ ਹੀ ਵੀਜ਼ਾ ਮਿਲਣਾ, ਲਿਖਿਆ ਕਿਤੇ ਨਹੀਂ, ਇਹ ਕੰਸਲਟੈਂਟਸ ਦਾ ਆਪਣਾ ਤਜਰਬਾ ਹੁੰਦਾ ਹੈ। ਸੋ ਪਬਲਿਕ ਡੀਲਿੰਗ ਵਾਲੇ ਕਿਹੜੇ ਕੋਰਸ ਨੇ ਬਾਰੇ ਚਰਚਾ ਕਰਾਂਗੇ, ਪਰ ਕੁਛ ਝਲਕੀਆਂ ਤੋਂ ਬਾਅਦ। ਸਤਿ ਸ਼੍ਰੀ ਅਕਾਲ ਜੀ, ਅੱਜ ਸਾਡੇ ਨਾਲ ਸਾਡੇ ਸਟੂਡੈਂਟ ਆਕਾਸ਼ਦੀਪ ਜੀ ਹਨ। ਇਹਨਾਂ ਦਾ ਪਹਿਲਾਂ ਇੱਕ ਵਾਰੀ ਕੈਨੇਡਾ ਤੋਂ ਰਿਜੈਕਸ਼ਨ ਆ ਚੁੱਕਿਆ ਹੈ ਕਿਸੇ ਹੋਰ ਕੰਸਲਟੈਂਟ ਦੇ ਥਰੂ, ਹੁਣ ਇਹਨਾਂ ਨੇ ਰਾਫਲਸ ਐਡੂਸਿਟੀ ਦੇ ਥਰੂ ਆਪਣਾ ਵੀਜ਼ਾ ਲਵਾਇਆ ਤੇ ਇਹਨਾਂ ਦਾ ਪੀਜੀ ਕੋਰਸ ਵਾਸਤੇ ਕੈਨੇਡਾ ਵੀਜ਼ਾ ਅਪਰੂਵਲ ਹੋ ਗਿਆ। ਆਓ ਅਸੀਂ ਪੁੱਛੇ ਆਕਾਸ਼ਦੀਪ ਜੀ ਨੂੰ, ਇਹਨਾਂ ਨੂੰ ਕਿੱਦਾਂ ਦਾ ਲੱਗ ਰਿਹਾ ਵੀਜ਼ਾ ਬਣਾ ਕੇ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਨੂੰ ਅੱਜ ਬਹੁਤ ਖੁਸ਼ੀ ਹੋ ਰਹੀ ਆ ਤੇ ਮੇਰਾ ਕੈਨੇਡਾ ਦਾ ਵੀਜ਼ਾ ਲੱਗ ਚੁੱਕਿਆ ਤੇ ਮੇਰੀ ਪਹਿਲਾਂ ਇੱਕ ਵਾਰ ਰਿਫਿਊਜ਼ਲ ਆ ਚੁੱਕੀ ਸੀ ਤੇ ਮੈਂ ਉਦੋਂ ਬਾਅਦ ਰੈਫਰ ਸਿਟੀ ਐਜੂਸਿਟੀ ਵਿਜ਼ਿਟ ਕੀਤਾ ਤੇ ਸਰਵਨ ਸਰ ਨੇ ਮੈਨੂੰ ਵਧੀਆ ਗਾਈਡ ਕੀਤਾ ਨੇ, ਮੈਂ ਸਾਰਾ ਸਟਾਫ ਬਹੁਤ ਕੋਪਰੇਟਿਵ ਸੀਗਾ ਤੇ ਉਹਨਾਂ ਦੀ ਮਿਹਨਤ ਸਦਕਾ ਅੱਜ ਮੈਨੂੰ ਵੀਜ਼ਾ ਆ ਗਿਆ ਇੱਥੇ। ਤੇ ਮੈਂ ਹੋਰ ਸਾਰੇ ਆਪਣੇ ਦੋਸਤ ਮਿੱਤਰਾਂ ਨੂੰ ਸੁਜੈਸਟ ਕਰਨਾ ਚਾਹੁੰਦਾ ਕਿ ਤੁਸੀਂ ਵੀ ਜੇ ਤੁਹਾਡਾ ਵੀ ਕੋਈ ਰਿਫਿਊਜ਼ਲ ਹੈ ਜਾਂ ਤੁਸੀਂ ਕੈਨੇਡਾ ਲਈ ਜਾਣਾ ਚਾਹੁੰਦੇ ਹੋ ਜਾਂ ਹੋਰ ਕੰਟਰੀ ਲਈ, ਤਾਂ ਤੁਸੀਂ ਇੱਥੇ ਜ਼ਰੂਰ ਇੱਕ ਵਾਰ ਵਿਜ਼ਿਟ ਕਰਿਓ ਤੇ ਸਾਰਾ ਉਮੀਦ ਹੈ ਤੁਹਾਨੂੰ ਤੁਸੀਂ ਨਿਰਾਸ਼ ਹੋ ਕੇ ਨਹੀਂ ਜਾਓਗੇ। ਸਤਿ ਸ਼੍ਰੀ ਅਕਾਲ ਜੀ, ਅੱਜ ਸਾਡੇ ਨਾਲ ਨੇ ਅਮਨਪ੍ਰੀਤ ਸਿੰਘ, ਇਹਨਾਂ ਨੇ ਸਾਡੇ ਥਰੂ ਯਾਨੀ ਰੈਫਰਲ ਐਜੰਸੀ ਦੇ ਥਰੂ ਵੀਜ਼ਾ ਅਪਲਾਈ ਕੀਤਾ ਸੀ ਕੈਨੇਡਾ ਵਾਸਤੇ ਤੇ ਇਹਨਾਂ ਦਾ ਵੀਜ਼ਾ ਆਇਆ ਹੈ ਸਿਰਫ 15 ਦਿਨਾਂ ਵਿੱਚ। ਆਓ ਪੁੱਛੀਏ ਅਮਨਪ੍ਰੀਤ ਨੂੰ, ਇਹਨਾਂ ਨੂੰ ਕਿੱਦਾਂ ਲੱਗ ਰਿਹਾ ਵੀਜ਼ਾ ਲੈਣ ਤੋਂ ਬਾਅਦ? ਹਾਂਜੀ, ਮੇਰਾ ਨਾਮ ਅਮਨਪ੍ਰੀਤ ਸਿੰਘ ਹੈ ਐਂਡ ਮੈਂ 2016 ਦੇ ਵਿੱਚ ਪਲੱਸ ਟੂ ਕੀਤੀ ਸੀ ਐਂਡ ਦੈਨ ਆਫਟਰ ਮੇਰੇ ਆਈਲੈਟਸ ਵਿੱਚ 6.5 ਬੈਂਡ ਆਏ ਸੀ ਤੇ ਮੈਂ ਇੱਥੋਂ ਇਹਨਾਂ ਦੇ ਆਫਿਸ ਵਿਜ਼ਿਟ ਕੀਤਾ ਐਂਡ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਗੱਲ ਕੀਤਾ, ਜੋ ਕੁਛ ਇਹਨਾਂ ਨੇ ਮੈਨੂੰ ਦੱਸਿਆ ਸੀ ਬਿਲਕੁਲ ਉਵੇਂ ਹੋਇਆ। 88 ਵੀਜ਼ਾ ਪ੍ਰੋਸੈਸਿੰਗ ਫਾਈਲ ਡੇਜ਼ ਐਂਡ ਟਾਈਮਿੰਗ 88 ਕੰਪਲੀਟ ਇਜ ਬਿਲਕੁਲ ਸਹੀ, ਬਿਲਕੁਲ ਸੱਚ ਦੱਸਦੇ ਤੁਹਾਨੂੰ ਐਂਡ ਮੇਰੇ ਉਹਨਾਂ ਤੋਂ ਮੇਰੇ ਦੋਸਤਾਂ ਨੂੰ ਵੀਰਾਂ ਨੂੰ ਰਿਕੁਐਸਟ ਆ ਜੋ ਬਾਹਰ ਜਾਣਾ ਚਾਹੁੰਦੇ ਆ, ਸਟੱਡੀ ਕਰਨਾ ਚਾਹੁੰਦੇ ਬਾਹਰ ਜਾ ਕੇ, ਵੀ ਉਹ ਇੱਥੇ ਵਿਜ਼ਿਟ ਕਰਨ ਅਤੇ ਇਸ ਇਹ ਆਪਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਗੱਲ ਕਰਨਗੇ, ਬਿਲਕੁਲ ਝੂਠ ਨਹੀਂ ਬੋਲਦੇ। ਐਂਡ ਮੇਰੇ ਵੈਸੇ ਮੇਰਾ ਵੀਜ਼ਾ ਲੱਗ ਗਿਆ ਹੈ ਕੈਨੇਡਾ ਦਾ, ਮੇਰਾ ਡੈਗਲਸ ਕਾਲਜ ਹੈ ਕੰਪਿਊਟਰ ਸਟੱਡੀਜ਼ ਐਂਡ ਇਨਫੋਰਮੇਸ਼ਨ ਸਿਸਟਮ ਐਂਡ ਇਹਨਾਂ ਨੇ ਬਹੁਤ ਵਧੀਆ ਕੋਰਸ ਨੂੰ ਸਿਲੈਕਟ ਕਰਕੇ ਦਿੱਤਾ ਐਂਡ ਬਹੁਤ ਵਧੀਆ ਕਾਲਜ ਵੀ ਐਂਡ ਇਸ ਲਈ ਮੈਂ ਸਾਰੇ ਸਾਰੇ ਦੋਸਤਾਂ ਨੂੰ ਕਹੂੰਗਾ ਕਿ ਸਾਰੇ ਇੱਥੇ ਵਿਜ਼ਿਟ ਕਰ ਲੈਣਾ ਕੋਲ, ਇਹ ਤੁਹਾਨੂੰ ਬਿਲਕੁਲ ਸਹੀ ਰਾਹੇ ਪਾਉਣਗੇ ਤੁਸੀਂ ਜ਼ਿੰਦਗੀ। ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਦਾ ਲੱਗੇਗਾ ਜੇ ਤੁਹਾਡਾ ਵੀਜ਼ਾ ਆ ਜਾਏ ਉਹ ਵੀ ਫਸਟ ਅਟੈਂਪਟ ਤੇ ਉਹ ਵੀ ਕੈਨੇਡਾ ਵਾਸਤੇ? ਆਓ ਪੁੱਛੀਏ ਸੁਖਪ੍ਰੀਤ ਨੂੰ, ਇਹਨੂੰ ਕਿੱਦਾਂ ਦਾ ਲੱਗ ਰਿਹਾ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਸੁਖਪ੍ਰੀਤ ਸਿੰਘ ਤੇ ਮੈਂ ਬਰਨਾਲਾ ਤੋਂ ਬਿਲੋਂਗ ਕਰਦਾ ਤੇ ਅੱਜ ਮੈਂ ਬਹੁਤ ਖੁਸ਼ ਹਾਂ ਕਿਉਂਕਿ ਮੇਰਾ ਕੈਨੇਡਾ ਦਾ ਵੀਜ਼ਾ ਆ ਗਿਆ ਤੇ ਜੇ ਤੁਸੀਂ ਵੀ ਆਪਣਾ ਵੀਜ਼ਾ ਲਗਵਾਉਣਾ ਚਾਹੁੰਦੇ ਹੋ ਤਾਂ ਰੈਪਲਸ ਨੂੰ ਕੰਸਲਟ ਕਰੋ। ਸਤਿ ਸ਼੍ਰੀ ਅਕਾਲ ਜੀ, ਦਵਿੰਦਰ ਸਿੰਘ ਜੀ ਜਾ ਰਹੇ ਨੇ ਕੈਨੇਡਾ ਅਗਲੇ 4 ਦਿਨਾਂ ਵਿੱਚ, ਆਓ ਪੁੱਛੀਏ ਕਿੱਦਾਂ ਦਾ ਲੱਗ ਰਿਹਾ ਦਵਿੰਦਰ ਸਿੰਘ ਨੂੰ? ਹੈਲੋ ਫਰੈਂਡਸ, ਮੇਰਾ ਨਾਮ ਦਵਿੰਦਰ ਸਿੰਘ, ਮੈਂ ਸ਼੍ਰੀ ਮੁਕਤਸਰ ਸਾਹਿਬ ਤੋਂ ਬਿਲੋਂਗ ਕਰਦਾ। ਅੱਜ ਮੈਂ ਕੈਨੇਡਾ ਦਾ ਵੀਜ਼ਾ ਹਾਸਲ ਕੀਤਾ ਹੈ ਰੈਫਰ ਐਜੰਸੀ ਦੀ ਮਦਦ ਨਾਲ। ਮੈਂ ਇਸ ਤੋਂ ਪਹਿਲਾਂ ਹੋਰ ਵੀ ਕਈ ਇਮੀਗ੍ਰੇਸ਼ਨ ਵਿਜ਼ਿਟ ਕੀਤਾ ਪਰ ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਡਾ ਵੀਜ਼ਾ ਨਹੀਂ ਲੱਗ ਸਕਦਾ ਕਿਉਂਕਿ ਮੇਰਾ 2 ਸਾਲ ਦਾ ਗੈਪ ਹੋ ਚੁੱਕਿਆ ਸੀ। ਮੈਂ 2015 'ਚ ਆਪਣੀ ਗ੍ਰੈਜੂਏਸ਼ਨ ਕੰਪਲੀਟ ਕੀਤੀ ਸੀ ਪਰ ਜਦੋਂ ਮੈਂ ਜਲੰਧਰ ਇਹਨਾਂ ਦਾ ਸੈਮੀਨਾਰ ਅਟੈਂਡ ਕੀਤਾ ਤਾਂ ਇਹਨਾਂ ਨੇ ਮੈਨੂੰ ਪ੍ਰੋਪਰ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਅਤੇ ਸਹੀ ਤਰ੍ਹਾਂ ਗਾਈਡ ਕੀਤਾ ਅਤੇ ਅੱਜ ਤੁਸੀਂ ਦੇਖ ਸਕਦੇ ਹੋ ਕਿ ਮੈਂ ਆਪਣਾ ਕੈਨੇਡਾ ਦਾ ਵੀਜ਼ਾ ਹਾਸਲ ਕੀਤਾ ਇਹਨਾਂ ਦੀ ਮਦਦ ਨਾਲ। ਆਈ ਐਮ ਐਸਵੰਤ ਸਿੰਘ ਐਂਡ ਮਨਪ੍ਰੀਤ ਦੱਤਾ ਦਾ ਸਪੈਸ਼ਲੀ ਥੈਂਕਸ ਕਰਦਾ ਜਿਨ੍ਹਾਂ ਨੇ ਮੈਨੂੰ ਸਹੀ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਅਤੇ ਮੈਂ ਇਹਨਾਂ ਦੀ ਹੋਲ ਟੀਮ ਦਾ ਇੱਕ ਵਾਰ ਫਿਰ ਤਹਿ ਦਿਲੋਂ ਧੰਨਵਾਦ ਕਰਦਾ। ਬਹੁਤ ਹੀ ਬ੍ਰਾਂਡੇਬਲ
ਵਧੀਆ ਅਤੇ ਮੈਂ ਇੱਦਾਂ ਦੀ ਫੈਮਿਲੀ ਤੋਂ ਬਿਲੋਂਗ ਕਰਦੀ ਹਾਂ ਕਿ ਮੇਰੇ ਬ੍ਰਦਰ ਮੇਰਾ ਹੈਲਪ ਕਰ ਰਹੇ ਨੇ ਕੰਮ ਵਿੱਚ, ਬਟ ਮੇਰੇ ਫਾਦਰ ਨੂੰ ਤਾਂ ਕੁਛ ਨਹੀਂ ਪਤਾ। ਬਟ ਜਦੋਂ ਮੈਂ ਇੱਥੇ ਆਈ ਤਾਂ ਮੈਨੂੰ ਸਾਰਾ ਕੁਛ ਇਹਨਾਂ ਨੇ ਵਧੀਆ ਸਮਝਾਇਆ ਅਤੇ ਮੈਨੂੰ ਬਹੁਤ ਕੰਫੀਡੈਂਸ ਮਿਲਿਆ ਅਤੇ ਮੈਂ ਬਾਹਰ ਜਾ ਕੇ ਵਧੀਆ ਲੀਨ ਅਤੇ ਆਪਣੇ ਪੇਰੈਂਟਸ ਦੀ ਲਾਈਫ ਸੈੱਟ ਕਰ ਸਕੀ। ਮੈਮ ਸਾਨੂੰ ਤਿਆਰ ਤੋਂ ਬਹੁਤ ਵਧੀਆ ਲੱਗਿਆ, ਸਾਨੂੰ ਮਿਲ ਕੇ ਨਾਲੇ ਸਾਨੂੰ ਬਹੁਤ ਵਧੀਆ ਲੱਗਿਆ ਸਮਝਾਉਂਦੇ ਇਹਨਾਂ ਨੇ। ਅਸੀਂ ਇਹਨਾਂ ਦੀ ਮੁਲਾਕਾਤ ਵੀ ਦੇਖਦੇ ਹਾਂ ਸਮਝਦੇ, ਪਰ ਸਾਨੂੰ ਅੱਜ ਇੱਥੇ ਆ ਕੇ ਸਾਨੂੰ ਪਤਾ ਲੱਗਿਆ ਕਿ ਬਾਕੀ ਐਵੇਂ ਹੀ ਲੋਕਾਂ ਨੂੰ ਭਟਕਾਈ ਜਾਂਦੀ ਹੈ। ਹਾਏ, ਮਾਈ ਨੇਮ ਇਜ਼ ਗੁਰਪ੍ਰੀਤ ਸਿੰਘ ਐਂਡ ਆਈ ਐਮ ਫਰੋਮ ਬਟਾਲਾ ਐਂਡ ਟੂਡੇ ਆਈ ਗੋਟ ਮਾਈ ਕੈਨੇਡਾ ਵੀਜ਼ਾ of St. Clair College in Toronto and my course name is Computer System Network Technician Networking and I am very blissful because the whole Raffle Agency team guides me a lot to obtain my visa and I also thanks to my parents and the whole team of Raffle Agency, especially Swan Singh Sandhu sir, and I recommended my friends to if they want to go abroad they can come here and they can take some decisions and guidelines from the Raffle Agency team and I am very happy and thanks to all the team. तो मैं पहला ISB Raffle Agency तो की थी, इतनी मेरा experience बहुत बढ़िया रहा, तो मैं 6.5 में score की थी ISB तो all the teachers are very cooperative and my file bhi itho hi lagwai, sara staff bahut vadhiya, mera file experience and IELTS experience bahut vadhiya aaya. Mera Raffle Agency bare mere friend ne suggest kita si, oh bhi inna de through Raffle Agency to gaya si, so I'm so happy to got my visa. That's all. I have just got the visa for Canada for St. Clair College. In spite having a refusal from Canada, I got this, so all credit goes to the team of Raffle Agency. So if anyone wants to apply for Canada student visa, must visit the office of Raffles. You may definitely satisfy with these services. So I would like to thank the entire team of Raffles ICT, especially Priyanka and Kanika ma'am who did my filing. So thank you so much. ਸੋ ਤਸਵੀਰਾਂ ਸੀਗੀਆਂ ਝਲਕੀਆਂ ਸੀਗੀਆਂ ਜਿੱਥੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਬੱਚੇ ਪਹੁੰਚੇ, ਬੱਚਿਆਂ ਨੇ ਆਪਣੇ ਸਵਾਲ ਉਠਾਏ, ਉਹਨਾਂ ਦੇ ਜਵਾਬ ਉਹਨਾਂ ਨੂੰ ਹਾਸਿਲ ਹੋਏ। ਅਸੀਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਪ੍ਰੋਗਰਾਮ ਦੇ ਇਸ ਝਲਕੀਆਂ ਤੋਂ ਬਾਅਦ ਦੋ ਮੁੱਦੇ ਉਠਾਵਾਂਗੇ। ਪਹਿਲਾ ਹੈਗਾ ਜਨਵਰੀ ਇਨਟੇਕ, ਸੋ ਸਰ ਜਨਵਰੀ ਲਈ ਕੁਛ ਖਾਸ ਟਿਪਸ ਦਓਗੇ ਬੱਚਿਆਂ ਨੂੰ? ਮੈਂ ਹਮੇਸ਼ਾ ਬੱਚਿਆਂ ਨੂੰ ਪਹਿਲਾਂ ਤੋਂ ਹੀ ਕਹਿੰਦਾ ਰਹਿੰਦਾ ਕਿ ਇਹ ਨਾ ਸੋਚੋ ਬਹੁਤ ਦੂਰ ਆ, ਹਜੇ ਬਹੁਤ ਟਾਈਮ ਬਚਿਆ ਹੋਇਆ। ਬੱਚਿਓ ਔਰ ਬੱਚਿਆਂ ਦੇ ਮਾਂ ਪਿਓ ਨੂੰ ਰਿਕੁਐਸਟ ਆ, ਸਹੀ ਕੰਸਲਟੈਂਟ ਦੀ ਚੋਣ ਕਰਨਾ ਸਿੱਖੋ। ਸਿਰਫ ਨੇੜੇ ਦਾ ਜਾਂ ਕਿਸੇ ਦਾ ਵੀਜ਼ਾ ਲੱਗਿਆ ਹੋਣ ਦੀ ਵਜ੍ਹਾ ਕਰਕੇ ਤੁਸੀਂ ਐਵੇਂ ਆਪਣੇ ਬੱਚਿਆਂ ਦਾ ਫਿਊਚਰ ਆ ਜਿਹੜਾ ਉਹ ਜਗ੍ਹਾ ਜਗ੍ਹਾ ਨਾ ਪਕੜਾਓ। ਐਟਲੀਸਟ ਉਹ ਲੋਕਾਂ ਨੂੰ ਤਾਂ ਨਾ ਦੇਵੋ ਜਿਹੜੇ ਹੁਣੇ 6 ਮਹੀਨੇ ਸਾਲ ਪਹਿਲਾਂ ਨਿਊਜ਼ੀਲੈਂਡ ਆਸਟ੍ਰੇਲੀਆ ਬੰਦ ਹੋਣ ਤੋਂ ਬਾਅਦ ਆਪਣੇ ਬੋਰਡ ਚੇਂਜ ਕਰਕੇ ਕੈਨੇਡਾ ਦੇ ਵਿੱਚ ਆਏ ਨੇ। ਉਹਨਾਂ ਬੱਚਿਆਂ ਨੂੰ ਮੇਰੀ ਰਿਕੁਐਸਟ ਆ ਜਿਹੜੇ 5 ਬੈਂਡ 5.5 ਬੈਂਡ ਦੇ ਵਿੱਚ ਪੈਕੇਜਾਂ ਵਾਲਿਆਂ ਦੇ ਮਗਰ ਭੱਜੇ ਫਿਰਦੇ ਹੋ ਕਿ 20 ਲੱਖ 22 ਲੱਖ 25 ਲੱਖ ਰੁਪਇਆ ਦੇ ਕੇ ਵੀ ਕੈਨੇਡਾ ਜਾਣ ਨੂੰ ਤਿਆਰ, ਉਹਨਾਂ ਵੀ ਬੱਚਿਆਂ ਨੂੰ ਰਿਕੁਐਸਟ ਆ 5.5 ਬੈਂਡ ਤੋਂ 6 ਬੈਂਡ ਲੈਣ ਨੂੰ ਵੱਧ ਤੋਂ ਵੱਧ ਕੀ 50,000 ਰੁਪਇਆ ਖਰਚਾ ਆਜੂਗਾ, ਜ਼ਿਆਦਾ ਤੋਂ ਜ਼ਿਆਦਾ 60,000 ਰੁਪਇਆ ਖਰਚਾ ਆਜੂਗਾ। 20-20 ਲੱਖ ਰੁਪਇਆ ਕਿਉਂ ਦੇਣਾ ਤੁਸੀਂ ਲੋਕਾਂ ਨੂੰ, ਏਜੰਟਾਂ ਨੂੰ ਫਾਲਤੂ ਦਾ? ਔਰ ਇਹ ਉਹ ਬੱਚੇ ਜਿਹੜੇ 50% ਵਾਲੇ, ਜਿਹੜੇ 50% ਮਾਰਕਸ ਵਾਲੇ ਨੇ, ਉਹ ਕੈਨੇਡਾ ਦੇ ਵਿੱਚ ਨਾ ਜਾਣ, ਨਾ ਅਪਲਾਈ ਕਰਨ। ਸੋ ਜ਼ਿਆਦਾ ਜਨਵਰੀ ਦੇ ਵਿੱਚ ਜਿਹੜਾ ਮੇਜਰਲੀ ਹੁਣ ਇਨਟੇਕ ਹੈਗਾ ਉਹ ਨਹੀਂ ਹੁੰਦਾ, ਉਹ ਸਪਟੈਂਬਰ ਲੰਘ ਜਾਂਦਾ, ਬਟ ਹੁਣ ਪਿਛਲੇ 2 ਸਾਲਾਂ ਤੋਂ ਜਨਵਰੀ ਵੀ ਮੇਜਰ ਇਨਟੇਕ ਬਣਦਾ ਜਾ ਰਿਹਾ। ਸੋ ਇਸ ਲਈ ਤੁਹਾਨੂੰ ਇਹ ਡਰਨ ਦੀ ਲੋੜ ਨਹੀਂ, ਫਿਕਰ ਕਰਨ ਦੀ ਲੋੜ ਨਹੀਂ। ਬਹੁਤ ਸਾਰੇ
ਕੁਐਸਚਨਸ ਮਾਂ ਪਿਓ ਨੇ ਪੁੱਛਿਆ ਸੀਗਾ ਕਿ ਜਨਵਰੀ 'ਚ ਵੀਜ਼ੇ ਘੱਟ ਲੱਗਦੇ ਆ। ਨਹੀਂ ਜੀ, ਜਨਵਰੀ 'ਚ ਵੀਜ਼ੇ ਘੱਟ ਨਹੀਂ ਲੱਗਦੇ, ਜਨਵਰੀ 'ਚ ਸੀਟਾਂ ਘੱਟ ਹੁੰਦੀਆਂ, ਬਟ ਹੁੰਦੀਆਂ ਸੀ। ਹੁਣ ਤੇ ਸਾਰੇ ਕਾਲਜਸ ਨੇ ਆਲਮੋਸਟ ਖੋਲਤੀਆਂ, ਕਿਉਂਕਿ ਉਹਨਾਂ ਨੂੰ ਪਤਾ ਸਪਟੈਂਬਰ ਦੇ ਵਿੱਚ ਬੱਚੇ ਨਹੀਂ ਆ ਪਏ। ਸੋ ਹੁਣ ਜਨਵਰੀ ਸਪਟੈਂਬਰ ਇੱਕੋ ਜਿਹੇ ਹੋ ਚੁੱਕੇ ਨੇ ਇਨਟੇਕ, ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ। ਬਟ ਇਹ ਧਿਆਨ ਰੱਖਿਓ, ਇੱਕ ਕੰਮ ਤੁਸੀਂ ਕਰ ਸਕਦੇ ਹੋ, ਜੇ ਤੁਸੀਂ ਹੁਣੇ ਅੱਜ ਹੀ ਅਪਲਾਈ, ਤੁਹਾਨੂੰ ਪਤਾ ਕਿ ਤੁਸੀਂ ਸਪਟੈਂਬਰ ਨਹੀਂ ਜਾ ਸਕਦੇ, ਅੱਜ ਜਨਵਰੀ ਦੀਆਂ ਆਫਰ ਲੈਟਰ ਸਾਡੇ ਕੋਲ ਅਪਲਾਈ ਕਰਕੇ। ਮੇਰਾ ਕੰਸਰਨ ਇਹ ਹੁੰਦਾ ਕਿ ਸਪਟੈਂਬਰ ਦੇ ਬੱਚੇ ਜਿਹੜੇ ਸਪਟੈਂਬਰ ਦੇ ਮੇਰੇ ਸਟੂਡੈਂਟ ਨੇ, ਮੈਂ ਮਈ ਦੇ ਵਿੱਚ ਮੈਕਸੀਮਮ ਵੀਜ਼ੇ ਸਾਡੇ ਕੋਲ 350 ਵੀਜ਼ਾ ਸੀ ਮਈ ਔਰ ਜੂਨ ਦੇ ਵਿੱਚ ਲੈ ਲਈਦਾ, ਔਰ ਇੱਦਾਂ ਹੀ ਜਿਹੜੇ ਜਨਵਰੀ ਦੇ ਨੇ ਅਸੀਂ ਸਪਟੈਂਬਰ 'ਚ ਵੀਜ਼ੇ ਲੈ ਲੈਂਦੇ ਹਾਂ ਜੀ, ਕਿਉਂਕਿ ਰਸ਼ ਨਹੀਂ ਹੁੰਦਾ ਬਿਲਕੁਲ ਵੀ, ਖਾਲੀ ਹੁੰਦਾ ਸਿਸਟਮ ਸਾਰਾ। ਤੋਂ ਤੁਸੀਂ ਅਪਲਾਈ ਕਰੋ, ਤੁਹਾਨੂੰ 3-4 ਦਿਨ 'ਚ ਵੀਜ਼ਾ ਆ ਜਾਂਦਾ। ਸੋ ਟਰਾਈ ਕਰੋ ਕਿ ਜਿਹੜਾ ਜਨਵਰੀ ਦਾ ਵੀਜ਼ਾ ਆ ਉਹ ਸਪਟੈਂਬਰ 'ਚ ਲੈ ਲਓ। ਬਟ ਇੱਕ ਰਿਕੁਐਸਟ ਨਾਲ ਮੇਰੀ ਇਹ ਹੈ ਕਿ ਜਾਇਓ ਨਾ ਸਪਟੈਂਬਰ ਦੇ ਵਿੱਚ, ਜਾਇਓ ਦਸੰਬਰ ਦੇ ਵਿੱਚ ਹੀ, ਕਿਉਂਕਿ ਪਹਿਲਾਂ ਜਾ ਕੇ ਕੰਮ ਤੁਸੀਂ ਕਰ ਨਹੀਂ ਸਕਦੇ, ਫੜੇਗੇ ਤਾਂ ਡਿਪੋਰਟ ਹੋ ਜਾਓਗੇ, ਅੱਜ ਕੱਲ੍ਹ ਸਖਤਾਈ ਬਹੁਤ ਆ। ਬਟ ਸਪਟੈਂਬਰ ਦੇ ਵਿੱਚ ਵੀਜ਼ਾ ਲੈ ਕੇ ਰੱਖ ਲਓ। ਸੋ ਆਪਣੇ ਡਾਕੂਮੈਂਟੇਸ਼ਨ ਜਿੰਨੀ ਵੀ ਹੈ ਜਨਵਰੀ ਦੀ, ਇਮੀਡੀਏਟਲੀ ਤਿਆਰ ਕਰ ਲਓ। ਸੋ ਸਭ ਇੱਕ ਮਿੰਟ ਬਚਾ, ਸਾਡੇ ਕੋਲ ਇੱਕ ਮੁੱਦਾ ਉਠਾਊਂਗਾ ਇਸ ਵਕਤ। ਆਮ ਕੋਰਸ ਜਿਹੜੇ ਆ ਵੀਜ਼ਾ 6 ਨੋਟ ਲੈਸ ਦੈਨ 5 ਪੁਆਇੰਟ 'ਤੇ ਬੜੇ ਆਰਾਮ ਨਾਲ ਆ ਜਾਂਦਾ। ਕੁਛ ਕੋਰਸਿਸ ਸਪੈਸੀਫਿਕ ਕੋਰਸ ਵੀ ਨਹੀਂ ਹੈਗੇ, ਮੈਂ ਸਪੈਸ਼ਲਾਈਜੇਸ਼ਨ ਵੀ ਨਹੀਂ ਕਹੂੰਗਾ, ਮੈਂ ਆਪਣੀ ਮੀਡੀਆ ਲਾਈਨ ਦੀ ਗੱਲ ਕਰ ਲਾਂ। ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਕੋਰਸਿਸ ਨੇ, ਪਬਲਿਕ ਐਡਮਿਨਿਸਟ੍ਰੇਸ਼ਨ ਜਿਹੜੇ ਬੱਚੇ ਨੇ ਕੀਤੀ ਹੋਈ ਹੈ, ਖਾਸ ਤੌਰ 'ਤੇ ਪਬਲਿਕ ਰਿਲੇਸ਼ਨ ਦਾ ਜਿਹੜਾ ਉੱਥੇ ਕੋਰਸ ਲੈਂਦੇ ਨੇ ਉਹ 6 ਮਿੰਟ ਦਾ ਹੀ ਦਵਾ ਦਿੱਤਾ ਜਾਂਦਾ, ਜਦੋਂ ਕਿ ਪਬਲਿਕ ਰਿਲੇਸ਼ਨ ਦਾ ਮਤਲਬ ਹੈ ਕਿ ਸਿੱਧਾ ਹੀ ਕੋਰਸ ਦਾ ਨਾਮ ਹੀ ਪਬਲਿਕ ਰਿਲੇਸ਼ਨ ਹੈ ਕਿ ਲੋਕਾਂ ਨਾਲ ਤੁਸੀਂ ਰਾਬਤਾ ਰੱਖਣਾ। 6.5 ਜਾਂ 7 ਬੈਂਡ ਜਾਂ ਚੰਗੀ ਇੰਗਲਿਸ਼ ਤੋਂ ਬਿਨਾਂ ਉਹ ਵੀਜ਼ਾਜ਼ ਨਹੀਂ ਦਿੰਦੇ। ਹੋਰ ਬਹੁਤ ਸਾਰੇ ਐਸੇ ਕੋਰਸਿਸ ਨੇ ਮੈਡੀਕਲ ਲਾਈਨ ਦੇ ਨਾਲ ਰਿਲੇਟਡ, ਜਿਨ੍ਹਾਂ ਦਾ ਸਿੱਧਾ ਰਾਬਤਾ ਲੋਕਾਂ ਦੇ ਨਾਲ ਹੈਗਾ। ਕਿ ਇਸ ਚੀਜ਼ ਦਾ ਕੰਸਲਟੈਂਟ ਪੰਜਾਬ ਦੇ ਵਿੱਚ ਧਿਆਨ ਕਿਉਂ ਨਹੀਂ ਰੱਖ ਰਹੇ ਜੀ 6 ਬੈਂਡ ਦੇ ਅਪਲਾਈ ਹੋ ਰਿਹਾ? ਕੰਸਲਟੈਂਟ ਹੋਣ ਦਾ ਧਿਆਨ ਰੱਖਣ, ਕੰਸਲਟੈਂਟ ਹੀ ਨਹੀਂ ਹੈਗੇ ਜਿਹੜੇ ਧਿਆਨ ਰੱਖਣੇ। ਮੈਂ ਲਾਸਟ ਸ਼ੋਅ ਦੇ ਵਿੱਚ ਵੀ ਅਮਨ ਭਾਜੀ ਸੀਗੇ, ਉਹਨਾਂ ਨਾਲ ਵੀ ਆਪਾਂ ਇਹੀ ਗੱਲ ਕਰ ਰਹੇ ਸੀਗੇ, ਰਸ਼ ਵਧਿਆ ਪਿਆ ਸਾਰੇ ਦਫ਼ਤਰਾਂ ਦੇ ਵਿੱਚ, ਇੰਨਾ ਰਸ਼ ਆ ਕੇ ਬੰਦੇ ਖੜੇ ਹੋਏ ਨੇ ਸਾਰੇ ਦਫ਼ਤਰਾਂ ਦੇ ਵਿੱਚ। ਉੱਥੇ ਜਿਹੜੇ ਲੜਕੇ ਲੜਕੀਆਂ ਬਿਠਾਏ ਹੋਏ ਨੇ ਸਾਰੇ, ਉਹ ਇਮੀਡੀਏਟਲੀ ਭਰਤੀ ਕੀਤੇ ਹੋਏ ਨੇ। ਉਹ ਤੁਹਾਡੇ ਬੱਚਿਆਂ ਨੂੰ ਗਾਈਡ ਕਰ ਰਿਹਾ, ਤੁਹਾਨੂੰ ਗਾਈਡ ਕਰ ਰਿਹਾ। ਜਿਨ੍ਹਾਂ ਨੂੰ ਸ਼੍ਰੀਲੰਕਾ ਦਾ ਵੀਜ਼ਾ ਵੀ ਨਹੀਂ ਨਾ ਜਿਨ੍ਹਾਂ ਦਾ ਲੱਗਿਆ ਹੋਇਆ, ਉਹ ਤੁਹਾਡੇ ਬੱਚੇ ਨੂੰ ਕੈਨੇਡਾ ਦੇ ਵਿੱਚ ਫਿਊਚਰ ਕੀ ਆ, ਉਹ ਸੁਪਨੇ ਦਿਖਾ ਰਹੇ ਨੇ ਕਿ ਅਸੀਂ ਤੁਹਾਨੂੰ ਕੈਨੇਡਾ ਭੇਜਾਂਗੇ, ਆਪਦਾ ਵਿਜ਼ਟਰ ਵੀਜ਼ਾ ਵੀ ਨਹੀਂ ਲੱਗਿਆ ਹੋਇਆ। ਸੋ ਐਵੇਂ ਦੇ ਏਜੰਟ ਨੇ, ਐਵੇਂ ਦੇ ਕੰਸਲਟੈਂਟ ਨੇ ਜੀ, ਵੀਜ਼ੇ ਬੈਨ ਹੋਏ ਨੇ ਕੈਨੇਡਾ ਦੇ ਵਿੱਚ। ਕਿੰਨੇ ਏਜੰਟ ਨੇ ਤੁਸੀਂ ਉਹਨਾਂ ਦਾ ਫੇਸਬੁੱਕ ਪੇਜ ਖੋਲ੍ਹ ਕੇ ਦੇਖ ਲਓ, ਅਗਰ ਕਦੇ ਕੈਨੇਡਾ ਦੀ ਧਰਤੀ 'ਤੇ ਪੈਰ ਵੀ ਪਾਇਆ ਹੋਵੇ ਉਹਨਾਂ ਨੇ, ਉਹਦੀ ਫੋਟੋ ਹੋਵੇ ਕੋਈ। ਸੋ ਐਵੇਂ ਦੇ ਏਜੰਟ ਨੇ, ਐਵੇਂ ਜਿਹੜੇ ਤੁਹਾਨੂੰ ਕੰਸਲਟ ਕਰ ਰਹੇ ਨੇ। ਫਿਰ ਦੇਖੋ ਇੱਕ ਕਾਮਨ ਸੈਂਸ ਹੈ ਜੀ, ਭਾਜੀ ਉਹਨਾਂ ਨੇ ਹੁਣ ਗੱਲ ਕੀਤੀ, ਕਾਮਨ ਸੈਂਸ ਆ, ਪਬਲਿਕ ਡੀਲਿੰਗ। ਪਬਲਿਕ ਡੀਲਿੰਗ ਪੰਜਾਬੀਆਂ ਨਾਲ ਨਹੀਂ ਹੈਗੀ ਜੀ, ਉੱਥੇ ਘੱਟੋ ਘੱਟ 150 ਕੰਟਰੀ ਦੇ ਬੱਚੇ ਲੋਕ ਗਏ ਹੋਏ ਨੇ, ਉਹਨਾਂ ਨਾਲ ਹੈ ਪਬਲਿਕ ਡੀਲਿੰਗ। ਇਟ ਮੀਨਸ ਕਿ ਇੰਗਲਿਸ਼ ਤੇ ਬਹੁਤ ਜ਼ਿਆਦਾ ਵਧੀਆ ਹੋਣੀ ਚਾਹੀਦੀ ਆ। ਅਗਰ ਰਿਕੁਆਇਰਮੈਂਟ 6 ਆ ਤੇ 6.57 ਕੈਨੇਡਾ ਅੰਬੈਸੀ 'ਚ ਜਿਹੜੇ ਲੋਕ ਬੈਠੇ ਕਿ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਇਹ ਪਬਲਿਕ ਡੀਲਿੰਗ ਕਿਵੇਂ ਕਰੂਗਾ, 5.5 ਬੈਂਡ ਇਹਦੇ ਆਦੇ ਆਏ ਹੋਏ ਨੇ। ਸੋ ਆਪ ਫਸ ਰਹੇ ਹਾਂ ਜੀ, ਅਸੀਂ ਆਪ ਹੀ ਖੁਦ ਥੋੜ੍ਹਾ ਦਿਮਾਗ ਤੋਂ ਵੀ ਨਹੀਂ ਕੰਮ ਲੈਂਦੇ। ਫਾਈਂਡ ਆਊਟ ਕਰੋ ਜੀ, ਬੈਸਟ ਕੰਸਲਟੈਂਟ ਫਾਈਂਡ ਆਊਟ ਕਰੋ ਜੇ ਆਪਣੇ ਬੱਚਿਆਂ ਦਾ ਫਿਊਚਰ ਬਚਾਉਣਾ ਤਾਂ। ਥੈਂਕ ਯੂ ਸੋ ਸਰ, ਵਾਲੇ ਹਫਤੇ ਅਸੀਂ ਹੋਰ ਬਹੁਤ ਸਾਰੀਆਂ ਨਵੀਆਂ ਗੱਲਾਂ ਲੈ ਕੇ ਕੈਨੇਡਾ ਸੰਬੰਧੀ, ਜਨਵਰੀ ਇਨਟੇਕ, ਕਾਲਜਸ, ਕੋਰਸਸ, ਰਿਫਿਊਜ਼ਲ ਕੇਸ, ਬਹੁਤ ਸਾਰੀਆਂ ਅਹਿਮ ਜਿਹੜੇ ਪੱਖ ਨੇ ਉਹਨਾਂ ਨੂੰ ਲੈ ਕੇ ਸ਼ੋਅ ਆਰਗਨਾਈਜ਼ ਕਰਾਂਗੇ। ਉਦੋਂ ਤੱਕ ਲਈ ਸਭ ਤੁਹਾਡਾ ਧੰਨਵਾਦ, ਔਰ ਸਪੈਸ਼ਲੀ ਦਰਸ਼ਕਾਂ ਦਾ ਵੀ ਸ਼ੁਕਰੀਆ, ਆਪਣੇ ਦੋਸਤ ਰਣਵੀਰ ਸਿੰਘ ਨੂੰ ਅੱਗੇ ਦੇ ਸ਼ੁਕਰੀਆ, ਧੰਨਵਾਦ।